ਮੈਨੂੰ ਕਹਿੰਦਾ ਤੇਰੇ ਵਰਗੇ 40 ਜਿਹੜੇ ਮੇਰੇ ਘਰ ਜਿਹੜੇ ਹਾਇਰੀ ਲਵਾਉਂਦੇ ਹੈਗੇ ਮੈਨੂੰ ਇਹਨੇ ਮਾਮਾ ਭੈਣਾਂ ਦੀਆਂ ਗਾਲਾਂ ਕੱਢੀਆਂ ਔਰ ਮੇਰੇ ਨਾਲ ਬਦਸਲੂਕੀ ਕੀਤੀ ਮੇਰੇ ਗੱਲ ਪੈਣ ਤੱਕ ਗਿਆ ਨਰਿੰਦਰ ਸਿੰਘ ਕਾਮਰੇਡ ਉੱਥੇ ਆਇਆ ਮੈਨੂੰ ਕਹਿੰਦਾ ਕਿ ਇੱਧਰ ਹੀ ਮੈਂ ਲੰਘਣਾ ਹੈਗਾ ਤੇ ਮੈਂ ਕਿਹਾ ਵੀ ਜੀ ਲੰਘ ਜਾਓ ਉਹ ਜਿਹੜੀ ਸਾਈਡ ਤੋਂ ਉਹ ਆ ਰਿਹਾ ਸੀ ਉਸ ਸਾਈਡ ਤੇ ਤਾਰਾਂ ਲੱਗੀਆਂ ਹੋਈਆਂ ਸੀ ਕੰਡੇ ਲੱਗੇ ਹੋਏ ਸੀ ਮੈਂ ਕਿਹਾ ਵੀ ਜੀ ਤਾਰਾਂ ਸਾਈਡ ਤੇ ਕਰ ਲਾ ਤੇ ਲੰਘ ਜਾਓ ਮੈਨੂੰ ਕਹਿੰਦਾ ਵੀ ਜੀ ਮੈਨੂੰ ਕਹਿੰਦਾ ਤੁਸੀਂ ਹਟਾ ਦਿਓ ਮੈਂ ਕਿਹਾ ਵੀ ਜੀ ਮੈਂ ਨਹੀਂ ਹਟਾਉਣਾ ਮੈਂ ਇੱਕ ਥਾਣੇਦਾਰ ਹਾਂ ਮੈਂ ਅਫੀਸਰ ਹਾਂ ਮੈਂ ਚੰਗਾ ਨਹੀਂ ਲੱਗਦਾ ਹੈਗਾ ਬਸ ਫਿਰ ਵੀ ਉਹ ਤੈਸ਼ ਵਿੱਚ ਆ ਗਿਆ ਤੇ ਕਹਿੰਦਾ ਯਾਰ ਮੈਂ ਤੇਰੇ ਵਰਗਿਆਂ ਨੂੰ ਮੈਂ ਡਿਸਮਿਸ ਕਰਾ ਦਾਂਗਾ ਮੈਂ ਤੈਨੂੰ ਮੂਵ ਕਰਾ ਦਾਂਗਾ ਮੈਂ ਤੈਨੂੰ ਫਲਾਣਾ ਕਰਾ ਦਾਂਗਾ ਤੇਰੇ ਮੈਂ ਕਿਹਾ ਵੀ ਜੀ ਜੋ ਮਰਜ਼ੀ ਕਰਵਾਈ ਜੀ ਕਹਿੰਦਾ ਤੇਰੇ ਵਰਗਾ ਤੂੰ ਤਾਂ ਪੁਲਿਸ ਦੇ ਨਾਂ ਤੇ ਧੱਬਾ ਹੈ ਕਹਿੰਦਾ ਤੇ ਤੇਰੇ ਵਰਗੇ ਦੇ ਜਿਹੜੇ 40 ਆ ਉਹ ਸਾਡੇ ਘਰੇ ਹਾਜ਼ਰੀ ਭਰਦੇ ਹਨ ਇਸ ਤੋਂ ਕਾਫੀ ਬੋਲਦਾ ਰਿਹਾ ਵਾਧੂ ਘਾਟਾ ਕਾਫੀ ਬੋਲਿਆ ਹੈਗਾ ਉੱਥੀ ਜਗ੍ਹਾ ਤੇ ਉਸ ਥੋੜੀ ਅੱਧੇ ਘੰਟੇ ਬਾਅਦ ਜਿਹੜਾ ਇੱਕ ਹੋਰ ਵਾਕਿਆ ਹੋ ਜਾਂਦਾ ਹੈਗਾ ਇੱਕ ਉਹ ਜਿਹੜੇ ਉੱਥੇ ਡਿਊਟੀ ਦੇ ਦੌਰਾਨ ਸੀ ਇੱਕ ਦਾ ਸਿਰ ਫਾੜ ਦਿੱਤਾ ਜਾਂਦਾ ਹੈਗਾ ਤੇ ਇੱਕ ਦਾ ਜਿਹੜਾ ਹੈਗਾ ਬਾਂਹ ਕੱਟ ਦਿੱਤੀ ਜਾਂਦੀ ਹੈ ਪਰ ਮੈਨੂੰ ਸ਼ੱਕ ਤਾਂ ਇਹ ਹੈ ਕਿ ਇਹਨਾਂ ਵੱਲੋਂ ਹੀ ਕਰਵਾਇਆ ਗਿਆ ਕਿ ਅੱਧੇ ਘੰਟੇ ਬਾਅਦ ਹੀ ਤਾਂ ਉਹ ਵਾਕਿਆ ਫਿਰ ਹੋ ਜਾਂਦਾ ਹੈਗਾ ਤੁਸੀਂ ਇਹ ਮੰਨ ਸਕਦੇ ਹੋ ਵੀ ਸਰਕਾਰੀ ਦਰਬਾਰੇ ਜਦ ਕੇ ਹੁਣ ਤਾਂ ਜਿਹੜੀ ਕਾਮਰੇਡ ਜਾਂ ਸੀਪੀਐਮ ਦੀ ਸਰਕਾਰ ਹੈ ਨਹੀਂ ਸਰਕਾਰ ਕਿਹਦੀ ਹੈ ਅੱਜ ਕੱਲ੍ਹ ਦੀ ਕਾਂਗਰਸ ਦੀ ਹੈ ਇਹ ਲੋਕਾਂ ਨੂੰ ਇਕੱਠੇ ਕਰ ਲੈਂਦੇ ਨੇ ਤੇ ਪੁਲਿਸ ਨੂੰ ਜਿਹੜਾ ਹੈਗਾ ਦਬਾਉਣ ਲਈ ਹੈਗਾ ਧਰਨੇ ਲਾਉਣ ਦੀ ਧਮਕੀ ਦਿੰਦੇ ਨੇ ਜਿਸ ਤੇ ਪੁਲਿਸ ਪ੍ਰੈਸ਼ਰ ਵਿੱਚ ਆ ਜਾਂਦੀ ਪੁਲਿਸ ਜਿਹੜੀ ਪਿੱਛੇ ਹਟ ਜਾਂਦੀ ਹੈ ਜਦੋਂ ਤੈਨੂੰ ਕਿਹਾ ਸੀਨੀਅਰ ਅਫਸਰਾਂ ਨੇ ਕਿਹਾ ਤਾਂ ਤੈਨੂੰ ਆਉਣਾ ਪਊਗਾ ਮੈਂ ਕਿਹਾ ਠੀਕ ਹੈ ਜੀ ਮੈਂ ਆ ਜਾਊਂਗਾ ਹੈਗਾ ਮੈਂ ਕਿਹਾ ਮੈਂ ਬਾਕੀ ਤੁਸੀਂ ਮੇਰੀ ਸੀਨੀਅਰ ਪੁਲਿਸ ਸੁਣਦੇ ਤੇ ਨੇ ਹੈ ਨਹੀਂ ਤੇ ਮੈਨੂੰ ਕਿਉਂ ਐਵੇਂ ਪਰੇਸ਼ਾਨ ਕੀਤਾ ਜਾ ਰਿਹਾ ਅਸੀਂ ਉੱਥੇ ਗਏ ਮੈਂ ਅਤੇ ਮੇਰਾ ਬੇਟਾ ਹੈਗਾ ਉਹ ਸਾਨੂੰ ਉਹ ਸੀਨੀਅਰ ਅਫਿਸਰ ਵੱਲੋਂ ਜਿਹੜਾ ਹੈਗਾ ਸਾਰਾ ਦਿਨ ਪ੍ਰੈਸ ਕੀਤਾ ਗਿਆ ਦਿਨ ਵਿੱਚ 6 ਘੰਟੇ ਪ੍ਰੈਸ ਕੀਤਾ ਗਿਆ ਹੈਗਾ ਤੁਹਾਨੂੰ ਲੱਗਦਾ ਵੀ ਇਹਨਾਂ ਦੀ ਆਪਸੀ ਜਿਹੜੀ ਹੈ ਪ੍ਰਸ਼ਾਸਨ ਦੀ ਤੇ ਜਿਹੜੇ ਇਹ ਲੋਕ ਨੇ ਜਿਹਨੂੰ ਤੁਸੀਂ ਸਰਪੰਚ ਦੇ ਦੱਸ ਰਹੇ ਹੋ ਕਾਮਰੇਡ ਤੇ ਇਹਨਾਂ ਦੀ ਆਪਸੀ ਮਿਲੀ ਭੁਗਤ ਹੋ ਸਕਦੀ ਹੈ ਮਸਲਾ ਹੱਲ ਕਰਨਾ ਚਾਹੁੰਦੇ ਜਾਂ ਕੁਛ ਹੋਰ ਕੋਈ ਕਹਾਣੀ ਹੁੰਦੀ ਹੈਗੀ ਹੈ ਤਾਂ ਇਹ ਉਹਨੂੰ ਦਬਾ ਦਿੰਦੇ ਆ ਕਿਉਂਕਿ ਇਹਨਾਂ ਦੇ ਨਬਜੇ ਨਾ ਪਾਸ ਹੁੰਦੀ ਤਾਂ ਕਰਕੇ ਇਹਨੂੰ ਜਿਹੜੇ ਹੈਗੇ ਆ ਦਬਾਉਂਦੇ ਹੈਗੇ ਆ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਅਧਿਕਾਰੀ ਵੱਲੋਂ ਤੁਹਾਡੀ ਦਸਤਾਰ ਦੇ ਸੰਬੰਧਤ ਵੀ ਟਿੱਪਣੀ ਕੀਤੀ ਗਈ ਕਹਿੰਦਾ ਯਾਰ ਤੇਰੀ ਕਿਹੜੀ ਪੱਗ ਲੱਥੀ ਹੈ ਕਹਿੰਦਾ ਤੇਰੀ ਕਹਿੰਦਾ ਕਿ ਕਿਹੜਾ ਵਰਦੀ ਫਾੜੀ ਗਈ ਹੈ ਤੈਨੂੰ ਕਿਹੜਾ ਥੱਪੜ ਮਾਰੇ ਗਿਆ ਮੈਂ ਸਰ ਮੇਰੀ ਅੱਗੇ ਪੱਗ ਤਾਂ ਨਹੀਂ ਲੱਥੀ ਹੈਗੀ ਹੁਣ ਸਰ ਮੈਂ ਪੱਗ ਉਤਾਰ ਦਿੰਦਾ ਤੁਸੀਂ ਮੇਰੀ ਵਰਦੀ ਫਾੜ ਦਿਓ ਮੇਰੇ ਥੱਪੜ ਮਾਰ ਦਿਓ ਹੋਰ ਕੀ ਹੈ ਮੇਰੇ ਬਾਕੀ ਮੈਂ ਅੱਗੇ ਰਹਿ ਕੇ ਗਿਆ ਇੱਕ ਵਾਰੀ ਬਲਾਤਕਾਰ ਹੁੰਦਾ ਹੈਗਾ ਪਰ ਜਿਹੜਾ ਅਦਾਲਤਾਂ ਵਿੱਚ ਜੇ ਕਿਤੇ ਹੈਗਾ ਉਹਨੂੰ ਤਾਂ 3-4 ਵਾਰੀ ਬਲਾਤਕਾਰ ਉਹ ਕੀਤਾ ਜਾਂਦਾ ਹੈਗਾ ਉਸ ਔਰਤ ਨੂੰ ਵਾਰੀ ਵਾਰੀ ਜਿਹੜਾ ਹੈਗਾ ਉੱਥੇ ਜਿਹੜਾ ਪਰੇਸ਼ਾਨ ਕੀਤਾ ਜਾਂਦਾ ਉਹੀ ਹਾਲਾਤ ਮੇਰੇ ਹੈਗਾ ਜਦੋਂ ਮੇਰੀ ਰਾਤ ਮੈਂ ਸੁੱਤਾ ਹੁੰਦਾ ਮੇਰੀ ਜਾਗ ਖੁੱਲ ਜਾਂਦੀ ਮੈਨੂੰ 3-3 ਘੰਟੇ ਨੀਂਦ ਨਹੀਂ ਆਉਂਦੀ ਜਦੋਂ ਦਿਨੇ ਮੈਂ ਕੋਈ ਕੰਮ ਕਰਨਾ ਹੁੰਦਾ ਮੈਂ ਜਾਣਾ ਕਿਸੇ ਪਾਸੇ ਹੋਰ ਹੁੰਦਾ ਮੈਂ ਚਲਾ ਕਿਤੇ ਹੋਰ ਪਾਸੇ ਚਲਾ ਜਾਂਦਾ ਸੀਐਮ ਸਾਹਿਬ ਸਪੈਸ਼ਲ ਗੱਲ ਕਰਦੇ ਆ ਆਪਣੇ ਅਧਿਕਾਰੀ ਦੇ ਨਾਲ ਤੇ ਹੁਣ ਸੀਐਮ ਸਾਹਿਬ ਕਿੱਥੇ ਆ ਜੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਇੱਕ ਅਧਿਕਾਰੀ ਦੀ ਦਸਤਾਰ ਦੇ ਸੰਬੰਧ ਵਿੱਚ ਗਲਤ ਟਿੱਪਣੀ ਕੀਤੀ ਜਾਂਦੀ ਹੈ ਤੇ ਜਿਹੜੇ ਉਹ ਲੋਕ ਪਹਿਲੇ ਕਹਿੰਦੇ ਸਾਰੇ ਅਧਿਕਾਰੀਆਂ ਨੇ ਇੱਥੇ ਇੱਕ ਫਿੱਤੀ ਲਾ ਕੇ ਕਿਹਾ ਸੀ ਮੈਂ ਵੀ ਹਰਜੀਤ ਸਿੰਘ ਹਾਂ ਕਿ ਹੁਣ ਉਸ ਸਮੇਂ ਦੀ ਵੇਟ ਕੀਤੀ ਜਾਊਗੀ ਕਿ ਇੱਕ ਜਗਦੀਪ ਸਿੰਘ ਦੇ ਗੁੱਟ ਵੱਢੇ ਜਾਊਗਾ ਜਾਂ ਫਿਰ ਇਹ ਉਸ ਦਾ ਇਹ ਦੋਨੋਂ ਹੱਥ ਕੱਟਣ ਦੀ ਕੋਸ਼ਿਸ਼ ਤਾਂ ਨਹੀਂ ਵੀ ਉਸਨੂੰ ਇੰਨਾ ਕੁ ਪਰੇਸ਼ਾਨ ਕਰ ਦਿੱਤਾ ਜਾਵੇ ਕਿ ਇਹ ਆਪਣਾ ਨੌਕਰੀ ਛੱਡ ਕੇ ਚਲਾ ਜਾਵੇ ਵਿਆਹ ਕਿ ਸਾਨੂੰ ਮੈਨੂੰ ਦਬਾਉਣ ਦੀ ਖਾਤਰ ਮੇਰੇ ਤੇ ਹਮਲਾ ਕਰਨ ਦੀ ਵੀ ਦੁਬਾਰਾ ਕੋਸ਼ਿਸ਼ ਕੀਤੀ ਗਈ ਵੈਸੇ ਕਮਾਲ ਹੈ ਜੀ ਵੀ ਜੇ ਅੱਜ ਪੰਜਾਬ ਪੁਲਿਸ ਦੇ ਸੀਨੀਅਰ ਤੁਸੀਂ ਸੀਨੀਅਰ ਅਧਿਕਾਰੀਆਂ ਚਾਹੁੰਦੇ ਹੋ ਤੁਹਾਡੇ ਇੱਕ ਸਟਾਰ ਲੱਗਿਆ ਹੋਇਆ ਤੁਸੀਂ ASI ਥਾਣੇਦਾਰ ਹੋ ਤੇ ਜੇ ਤੁਹਾਡੀ ਅੱਜ ਇਹ ਹਾਲਤ ਹੈ ਤੇ ਫਿਰ ਆਮ ਬੰਦੇ ਦੀ ਅਸੀਂ ਕੀ ਮੰਨ ਸਕਦੇ ਆਮ ਬੰਦਾ ਕਿਵੇਂ ਸੁਰੱਖਿਅਤ ਰਹਿ ਸਕਦਾ ਪੰਜਾਬੀ ਲੋਕ ਚੈਨਲ ਵਿੱਚ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਪੰਜਾਬ ਦਾ ਇੱਕ ਐਸਾ ਵਿਭਾਗ ਜਿਸ ਦੀ ਛਵੀ ਹਮੇਸ਼ਾ ਵਿਵਾਦਾਂ ਨਾਲ ਲੱਗੀ ਰਹਿੰਦੀ ਹੈ ਕਦੇ ਪੰਜਾਬ ਪੁਲਿਸ ਦੇ ਇਸ ਗੱਲ ਦਾ ਦੋਸ਼ ਲੱਗਦਾ ਹੈ ਕਿ ਇਹ ਆਮ ਜਨਤਾ ਨਾਲ ਧੱਕਾ ਕਰਦੀ ਹੈ ਅਤੇ ਕਦੇ ਦੋਸ਼ ਲੱਗਦਾ ਹੈ ਕਿ ਜਨਤਾ ਇਹਨਾਂ ਦੇ ਨਾਲ ਭਿੜ ਜਾਂਦੀ ਹੈ ਅਤੇ ਇਹਨਾਂ ਨਾਲ ਆਪਸੀ ਲੜਾਈ ਹੁੰਦੀ ਹੈ ਅਤੇ ਪਿਛਲੇ ਦਿਨੀ ਇੱਕ ਪੁਲਿਸ ਅਧਿਕਾਰੀ ਵੱਲੋਂ ਲੱਖਣ ਕੇ ਪੱਡੇ ਦੇ ਅਰਵਿੰਦਰ ਸਿੰਘ ਖਿਡਾਰੀ 'ਤੇ ਹਮਲਾ ਕਰਕੇ ਉਸ 'ਤੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ
ਪਰ ਸਾਡੇ ਕੋਲ ਇੱਕ ਬਿਲਕੁਲ ਹੀ ਡਿਫਰੈਂਟ ਤਰ੍ਹਾਂ ਦਾ ਮਸਲਾ ਆਇਆ। ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਆਪਣੇ ਹੀ ਅਧਿਕਾਰੀਆਂ ਤੋਂ ਅਤੇ ਰਾਜਨੀਤਿਕ ਤੋਂ ਪ੍ਰੇਰਿਤ ਸ਼ਹਿ ਪ੍ਰੇਰਿਤ ਉਹਨਾਂ ਤੋਂ ਆਪਣੀ ਜਾਨ ਨੂੰ ਖਤਰਾ ਮਹਿਸੂਸ ਹੁੰਦਾ ਹੈ, ਉਹ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਹੇ। ਆਪਾਂ ਗੱਲ ਕਰਦੇ ਹਾਂ ਸਰਦਾਰ ਸਾਹਿਬ, ਹਾਂਜੀ ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਜਗਜੀਤ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਵੀਰ ਜੀ ਉਹ ਮਾਲਕ ਦੀ ਕਿਰਪਾ ਹੈ, ਗੁਰੂ ਨਾਨਕ ਦੀ ਕਿਰਪਾ ਹੈ। ਤੁਹਾਡੇ ਦੇ ਨਾਲ ਇੱਕ ਮਸਲਾ ਜੁੜਿਆ ਹੋਇਆ ਹੈ ਪਿਛਲੇ ਦਿਨਾਂ ਤੋਂ, ਉਹ ਕਿਹੜਾ ਮਸਲਾ ਹੈ ਦੱਸੋਗੇ ਪਲੀਜ਼? ਮਿਤੀ 11/5/2020 ਨੂੰ ਮੰਨੇ ਵਾਲਾ ਰੋਡ ਤੇ ਮੇਰੀ ਡਿਊਟੀ ਲੱਗੀ ਹੋਈ ਸੀ। ਕਰੀਬ 5:30-6 ਦੇ ਕਰੀਬ ਨਰਿੰਦਰ ਸਿੰਘ ਕਾਮਰੇਡ ਉੱਥੇ ਆਇਆ, ਮੈਨੂੰ ਕਹਿੰਦਾ ਕਿ ਇੱਧਰ ਹੀ ਮੈਂ ਲੰਘਣਾ ਹੈਗਾ। ਤੇ ਮੈਂ ਕਿਹਾ ਵੀ ਜੀ ਲੰਘ ਜਾਓ। ਉਹ ਜਿਹੜੀ ਸਾਈਡ ਤੋਂ ਉਹ ਆ ਰਿਹਾ ਸੀ ਉਸ ਸਾਈਡ ਤੇ ਤਾਰਾਂ ਲੱਗੀਆਂ ਹੋਈਆਂ ਸੀ, ਕੰਡੇ ਲੱਗੇ ਹੋਏ ਸੀ। ਮੈਂ ਕਿਹਾ ਵੀ ਜੀ ਤਾਰਾਂ ਸਾਈਡ ਤੇ ਕਰ ਲਾ ਤੇ ਲੰਘ ਜਾਓ। ਮੈਨੂੰ ਕਹਿੰਦਾ ਵੀ ਜੀ, ਮੈਨੂੰ ਕਹਿੰਦਾ ਤੁਸੀਂ ਹਟਾ ਦਿਓ। ਮੈਂ ਕਿਹਾ ਵੀ ਜੀ ਮੈਂ ਨਹੀਂ ਹਟਾਉਣਾ, ਮੈਂ ਇੱਕ ਥਾਣੇਦਾਰ ਹਾਂ, ਮੈਂ ਅਫੀਸਰ ਹਾਂ, ਮੈਂ ਚੰਗਾ ਨਹੀਂ ਲੱਗਦਾ ਹੈਗਾ। ਮੈਨੂੰ ਕਹਿੰਦਾ ਨਹੀਂ ਤੂੰ ਹਟਾ। ਮੈਂ ਕਿਹਾ ਨਹੀਂ ਵੀਰ ਜੀ ਮੇਰਾ ਕੰਮ ਨਹੀਂ ਹੈਗਾ, ਉੱਥੇ ਹੋਮ ਗਾਰਡ ਦਾ ਸੀ ਮੁਲਾਜ਼ਮ। ਮੈਂ ਉਹਨੂੰ ਕਿਹਾ ਵੀਰ ਜੀ ਨਾ ਲੱਗ ਜਾ, ਉਹ ਜਿਹਨੂੰ ਨਾਲ ਲੱਗ ਗਿਆ। ਬਸ ਫਿਰ ਵੀ ਉਹ ਤੈਸ਼ ਵਿੱਚ ਆ ਗਿਆ ਤੇ ਕਹਿੰਦਾ ਯਾਰ ਮੈਂ ਤੇਰੇ ਵਰਗਿਆਂ ਨੂੰ ਮੈਂ ਡਿਸਮਿਸ ਕਰਾ ਦਿਆਂਗਾ, ਮੈਂ ਤੈਨੂੰ ਮੂਵ ਕਰਾ ਦਿਆਂਗਾ, ਮੈਂ ਤੂੰ ਫਲਾਣਾ ਕਰਾ ਦਿਆਂਗਾ ਤੇਰੇ। ਮੈਂ ਕਿਹਾ ਵੀਰ ਜੀ ਜੋ ਮਰਜ਼ੀ ਕਰਵਾਈ ਜੀ। ਕਹਿੰਦਾ ਤੇਰੇ ਵਰਗਾ ਤੂੰ ਤਾਂ ਪੁਲਿਸ ਦੇ ਨਾਂ ਤੇ ਧੱਬਾ। ਕਹਿੰਦਾ ਤੇ ਤੇਰੇ ਵਰਗੇ ਦੇ ਜਿਹੜੇ 40 ਆ ਉਹ ਸਾਡੇ ਘਰੇ ਹਾਜ਼ਰੀ ਭਰਦੇ ਹਨ। ਇਸ ਤੋਂ ਕਾਫੀ ਬੋਲਦਾ ਰਿਹਾ, ਵਾਧੂ ਘਾਟਾ ਕਾਫੀ ਬੋਲਿਆ ਹੈਗਾ। ਉਸਨੇ ਜਿਹੜਾ ਡੀ ਐਸ ਪੀ ਸਾਹਿਬ ਨੂੰ ਫੋਨ ਲਾ ਲਿਆ, ਮੈਂ ਐਸ ਐਚ ਨੂੰ ਫੋਨ ਲਾ ਲਿਆ, ਐਸ ਐਚ ਨੇ ਥੋੜੇ ਸਮੇਂ ਬਾਅਦ ਆ ਗਿਆ ਹੈਗਾ, ਉਹ ਸਾਰੀ ਗੱਲ ਸੁਣੀ। ਮੇਰੀ ਡਿਊਟੀ ਜਿਹੜੀ 8 ਖਤਮ ਹੋ ਜਾਂਦੀ ਹੈ, 8 ਤੋਂ ਬਾਅਦ ਅਸੀਂ ਥਾਣੇ ਆ ਗਏ ਉਸੇ ਉੱਥੇ ਜਗ੍ਹਾ ਤੇ। ਉਸ ਥੋੜੇ ਅੱਧੇ ਘੰਟੇ ਬਾਅਦ ਜਿਹੜਾ ਇੱਕ ਹੋਰ ਵਾਕਿਆ ਹੋ ਜਾਂਦਾ ਹੈਗਾ, ਇੱਕ ਉਹ ਜਿਹੜੇ ਉੱਥੇ ਡਿਊਟੀ ਦੇ ਦੌਰਾਨ ਸੀ, ਇੱਕ ਦਾ ਸਿਰ ਫਾੜ ਦਿੱਤਾ ਜਾਂਦਾ ਹੈਗਾ ਤੇ ਇੱਕ ਦਾ ਜਿਹੜਾ ਹੈਗਾ ਬਾਹ ਕੱਟ ਦਿੱਤੀ ਜਾਂਦੀ ਹੈ। ਕਿਹਦੇ ਵੱਲੋਂ ਹੁੰਦੀ ਹੈ ਜੀ ਇਹ ਘਟਨਾ ਦਾ ਅੰਜਾਮ? ਕਿਸ ਵੱਲੋਂ ਦਿੱਤਾ ਜਾਂਦਾ ਜਿਹਦੀ ਬਾਹ ਕੱਟੀ ਜਾਂਦੀ ਹੈ, ਸਿਰ ਪਾੜਿਆ ਜਾਂਦਾ? ਮੈਂ ਤਾਂ ਉੱਥੋਂ ਆ ਗਿਆ ਸੀ, ਮੈਂ ਤਾਂ ਉਸ ਬਾਰੇ ਕੁਛ ਨਹੀਂ ਕਹਿ ਸਕਦਾ ਹੈਗਾ ਕਿਉਂਕਿ ਮੈਂ ਉੱਥੇ ਮੌਕਾ ਤੇ ਨਹੀਂ ਹੈਗਾ ਸੀ। ਪਰ ਮੈਨੂੰ ਸ਼ੱਕ ਤਾਂ ਇਹ ਹੈ ਕਿ ਇਹਨਾਂ ਵੱਲੋਂ ਹੀ ਕਰਵਾਇਆ ਗਿਆ ਕਿ ਅੱਧੇ ਘੰਟੇ ਬਾਅਦ ਹੀ ਤਾਂ ਉਹ ਵਾਕਿਆ ਫਿਰ ਹੋ ਜਾਂਦਾ ਹੈਗਾ। ਇਹ ਜਿਹੜਾ ਤੁਸੀਂ ਦੱਸ ਰਹੇ ਹੋ ਨਰਿੰਦਰ ਸਿੰਘ ਕਾਮਰੇਡ ਹੈ ਕੌਣ ਹੈ ਜੀ? ਇਹਨਾਂ ਦੀ ਇੱਕ ਕਾਮਰੇਡ ਜਿਹੜੀ ਹੈਗੀ ਹੈ, ਸੀਪੀਐਮ ਦੇ ਜਿਹੜੇ ਆਪਣੇ ਆਪ ਨੂੰ ਨੇਤਾ ਹੀ ਕਹਾਉਂਦੇ ਆ ਤੇ ਇਹ ਇੱਕ ਪਿੰਡ ਢਾਬਾ ਦਾ ਜਿਹੜਾ ਹੈਗਾ ਸਰਪੰਚ ਹੈ। ਤੇ ਮੌਜੂਦਾ ਹੁਣ ਵੀ ਸਰਪੰਚ ਹੈ ਜੀ? ਹਾਂਜੀ ਹਾਂਜੀ ਹੁਣ ਵੀ ਮੌਜੂਦਾ ਸਰਪੰਚ ਹੈ। ਤੇ ਕਿਵੇਂ ਤੁਸੀਂ ਇਹ ਮੰਨ ਸਕਦੇ ਹੋ ਵੀ ਸਰਕਾਰੀ ਦਰਬਾਰੇ, ਜਦ ਕਿ ਹੁਣ ਤਾਂ ਜਿਹੜੀ ਕਾਮਰੇਡ ਜਾਂ ਸੀਪੀਐਮ ਦੀ ਸਰਕਾਰ ਹੈ ਨੀ, ਸਰਕਾਰ ਕਿਹਦੀ ਹੈ ਅੱਜ ਕੱਲ੍ਹ ਜੀ? ਕਾਂਗਰਸ ਦੀ ਹੈ। ਹਾਂਜੀ ਜੀ ਸਰਕਾਰ ਤਾਂ ਕਾਂਗਰਸ ਹੀ ਹੈ, ਪਰ ਇਹਨਾਂ ਦਾ ਪਹਿਲਾਂ ਤੋਂ ਲੈ ਕੇ ਪ੍ਰੈਸ਼ਰ ਬਣਿਆ ਹੈ, ਇਹ ਲੋਕਾਂ ਨੂੰ ਇਕੱਠੇ ਕਰ ਲੈਂਦੇ ਨੇ ਤੇ ਪੁਲਿਸ ਨੂੰ ਜਿਹੜਾ ਹੈਗਾ ਦਬਾਉਣ ਲਈ ਹੈਗਾ, ਧਰਨੇ ਲਾਉਣ ਦੀ ਧਮਕੀ ਦਿੰਦੇ ਨੇ, ਜਿਸ 'ਚ ਪੁਲਿਸ ਪ੍ਰੈਸ਼ਰ ਵਿੱਚ ਆ ਜਾਂਦੀ, ਪੁਲਿਸ ਜਿਹੜੀ ਪਿੱਛੇ ਹਟ ਜਾਂਦੀ ਹੈ। ਜਿਹੜੀ ਅੱਜ ਦੀ ਕੀ ਘਟਨਾ ਹੈ ਉਹ ਦੱਸੋ ਪਲੀਜ਼। ਮੈਨੂੰ ਸਵੇਰੇ 7:55 ਤੇ ਫੋਨ ਆਇਆ ਹੈਗਾ ਐਸ ਐਸ ਸਾਹਿਬ ਦਾ ਵੀ ਜਿਹੜਾ ਤੁਹਾਨੂੰ ਉਹਨਾਂ ਉੱਥੇ ਦਫ਼ਤਰ ਸੀਨੀਅਰ ਅਫਸਰਾਂ ਦੇ ਦਫ਼ਤਰ 'ਚ ਬੁਲਾਇਆ ਗਿਆ ਹੈਗਾ ਤੇ ਮੈਂ ਕਿਹਾ ਜੀ, ਮੈਂ ਕਿਹਾ ਵੀਰ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਮੇਰਾ ਤੀਮਾ ਬਿਆਨ ਲਿਖ ਲਓ ਤੇ ਤੁਸੀਂ ਇੱਕ ਨਾ ਸਰ ਮੇਰਾ ਤੀਮਾ ਬਿਆਨ ਤਾਂ ਲਿਖਿਆ ਨਹੀਂ, ਮੇਰੀ ਸੁਣ ਤਾਂ ਤੁਸੀਂ ਰਹਿ ਨਹੀਂ, ਦੋਸ਼ੀਆਂ ਨੂੰ ਤੁਸੀਂ ਫੜ ਨਹੀਂ ਰਹੇ ਹੈਗੇ ਤੇ ਤੁਸੀਂ ਮੈਨੂੰ ਅੱਜ ਹੁਣ ਫਿਰ ਕੋਈ ਪਰੇਸ਼ਾਨ ਕਰ ਰਹੇ ਨਹੀਂ। ਕਹਿੰਦਾ ਯਾਰ ਤੈਨੂੰ ਆਉਣਾ ਪਏਗਾ, ਮੈਂ ਜਦੋਂ ਤੈਨੂੰ ਕਿਹਾ ਸੀਨੀਅਰ ਅਫਸਰਾਂ ਨੇ ਕਿਹਾ ਤਾਂ ਤੈਨੂੰ ਆਉਣਾ ਪਊਗਾ। ਮੈਂ ਕਿਹਾ ਠੀਕ ਹੈ ਜੀ ਮੈਂ ਆ ਜਾਊਂਗਾ ਹੈਗਾ। ਮੈਂ ਕਿਹਾ ਮੈਂ ਬਾਕੀ ਤੁਸੀਂ ਮੇਰੀ ਸੀਨੀਅਰ ਪੋਇਸ ਸੁਣਦੇ ਤੇ ਨੇ ਹੈ ਨਹੀਂ ਤੇ ਮੈਨੂੰ ਕਿਉਂ ਐਵੇਂ ਪਰੇਸ਼ਾਨ ਕੀਤਾ ਜਾ ਰਿਹਾ। ਪਰਦੇ ਪਿੱਛੇ ਹਾਂਜੀ ਹਾਂਜੀ ਕੁਛ ਬੋਲ ਰਹੇ ਸੀ ਦੱਸੋ। ਉਸ ਤੋਂ ਬਾਅਦ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਕਰੀਬ 12 ਮੈਨੂੰ ਬੁਲਾਇਆ ਗਿਆ ਸੀ ਉੱਥੇ 12 ਫਿਰ ਵਾਰੀ ਵਾਰੀ ਫੋਨ ਆਉਂਦੇ 12 ਸਾਨੂੰ ਬੁਲਾਇਆ ਗਿਆ। ਅਸੀਂ ਉੱਥੇ ਗਏ, ਮੈਂ ਤੇ ਮੇਰਾ ਬੇਟਾ ਗਿਆ, ਉਹ ਸਾਨੂੰ ਉਸ ਸੀਨੀਅਰ ਅਫਿਸਰ ਵੱਲੋਂ ਜਿਹੜਾ ਹੈਗਾ ਸਾਰਾ ਦਿਨ ਪ੍ਰੈਸ ਕੀਤਾ ਗਿਆ, ਦਿਨ ਵਿੱਚ 6 ਪ੍ਰੈਸ ਕੀਤਾ ਗਿਆ ਹੈਗਾ। ਤੁਹਾਨੂੰ ਪ੍ਰੈਸਰਾਈਜ਼ ਕੀਤਾ ਜਾਂਦਾ ਹੈ ਤੁਹਾਡੇ ਸੀਨੀਅਰ ਅਧਿਕਾਰੀ ਵੱਲੋਂ, ਤੁਸੀਂ ਉਹਦਾ ਨਾਮ ਦੱਸ ਸਕਦੇ ਕੀ ਹੈ ਜੀ? ਨਹੀਂ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਸਾਡੇ ਜਿਹੜੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਅੱਛਾ ਤੁਸੀਂ ਇਸ ਜਿਹੜੀ ਤੁਹਾਡੇ ਨਾਲ ਕਹਾਣੀ ਵਾਪਰਦੀ ਹੈ, ਤੁਹਾਡੇ ਨਾਲ ਘਟਨਾ ਵਾਪਰਦੀ ਹੈ, ਇਸ ਜਿਹੜੀ ਕਹਾਣੀ ਇਹਦੇ ਪਿੱਛੇ ਕਹਾਣੀਕਾਰ ਕੌਣ ਲੱਗਦਾ ਤੁਹਾਨੂੰ? ਤੁਹਾਨੂੰ ਲੱਗਦਾ ਵੀ ਇਹਨਾਂ ਦੀ ਆਪਸੀ ਜਿਹੜੀ ਹੈ ਪ੍ਰਸ਼ਾਸਨ ਦੀ ਤੇ ਜਿਹੜੇ ਇਹ ਲੋਕ ਨੇ ਜਿਹਨੂੰ ਤੁਸੀਂ ਸਰਪੰਚ ਦੱਸ ਰਹੇ ਹੋ ਕਾਮਰੇਡ, ਤੇ ਇਹਨਾਂ ਦੀ ਆਪਸੀ ਮਿਲੀ ਭੁਗਤ ਹੋ ਸਕਦੀ ਹੈ? ਹਾਂਜੀ ਸਰ, ਪਤਾ ਕੀ ਹੈਗਾ ਸਰ, ਇੱਥੇ ਨਾ ਸਾਡੇ ਬਾਰਡਰ ਤੇ ਰੇਤੇ ਦੇ ਖੱਡੇ ਹੈਗੇ ਨੇ, ਉਹ ਖੱਡੇ ਆਮ ਨਜਾਇਜ਼ ਚੱਲਦੇ ਹੈਗੇ ਨੇ,
ਉਹਨਾਂ ਤੋਂ ਕਈ ਸੀਨੀਅਰ ਅਫੀਸਰ ਜਿਹੜੇ ਹੈਗੇ ਨਾ ਉਹ ਪੈਸੇ ਲੈਂਦੇ ਹੈਗੇ ਆ, ਇਹਨਾਂ ਜਿਹੜੇ ਕਾਮਰੇਡ ਹੈ ਇਹਨਾਂ ਕੋਲ ਇਹਨਾਂ ਦੀ ਨਬਜ਼ ਹੁੰਦੀ ਹੈਗੀ ਹੈ, ਉਹ ਜਦੋਂ ਇਹ ਮਾੜਾ ਜਿਹਾ ਸੀਨੀਅਰ ਅਫੀਸਰ ਥੋੜ੍ਹਾ ਜਿਹਾ ਕਿਸੇ ਦਾ ਮਸਲਾ ਹੱਲ ਕਰਨਾ ਚਾਹੁੰਦੇ ਆ ਜਾਂ ਕੁਛ ਹੋਰ ਕੋਈ ਕਹਾਣੀ ਹੁੰਦੀ ਹੈਗੀ ਹੈ ਤਾਂ ਇਹ ਉਹਨੂੰ ਦਬਾ ਦਿੰਦੇ ਆ, ਕਿਉਂਕਿ ਇਹਨਾਂ ਦੇ ਨਬਜ਼ ਇਹਨਾਂ ਪਾਸ ਹੁੰਦੀ, ਤਾਂ ਕਰਕੇ ਇਹਨੂੰ ਜਿਹੜੇ ਹੈਗੇ ਆ ਦਬਾਉਂਦੇ ਹੈਗੇ ਆ, ਅਫਸਰ ਨੂੰ ਦਬਾਉਂਦੇ ਹੈਗੇ ਆ। ਤੁਸੀਂ ਇਹ ਗੱਲ ਮੰਨਦੇ ਹੋ ਵੀ ਜਿਹੜੇ ਪੁਲਿਸ ਅਧਿਕਾਰੀ ਹੈਗੇ ਆ ਉਹ ਰੇਤੇ ਦੇ ਵਿੱਚ ਉਹ ਨਸ਼ੇ ਦੇ ਵਿੱਚ ਮਾਫੀਆ ਵਿੱਚ ਆਪ ਵੀ ਮਿਲੇ ਹੋਏ ਹੁੰਦੇ ਆ? ਇਸ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਜੀ, ਪਰ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਦੀ ਆਪਸੀ ਮਿਲੀ ਭੁਗਤ ਹੈਗੀ ਆ, ਤੇ ਤੁਸੀਂ ਹੋਰ ਕੀ ਕਹਿਣਾ ਦੱਸਣਾ ਚਾਹੁੰਦੇ ਹੋ ਅੱਜ ਦੀ ਜਿਹੜੀ ਘਟਨਾ ਹੈ? ਮੈਨੂੰ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਅਧਿਕਾਰੀ ਵੱਲੋਂ ਤੁਹਾਡੀ ਦਸਤਾਰ ਦੇ ਸੰਬੰਧਤ ਵੀ ਕੋਈ ਟਿੱਪਣੀ ਕੀਤੀ ਗਈ। ਸਰ ਮੈਨੂੰ ਬਹੁਤ ਜ਼ਿਆਦਾ ਪ੍ਰੈਸ ਲਾਈਨ ਕੀਤਾ ਗਿਆ, ਮੈਨੂੰ ਇਹ ਵੀ ਗੱਲ ਕਹਿਤੀ ਗਈ ਸੀਨੀਅਰ ਅਫਸਰ ਵੱਲੋਂ, ਕਹਿੰਦਾ ਯਾਰ ਤੇਰੀ ਕਿਹੜੀ ਪੱਗ ਲੱਥੀ ਹੈ, ਕਹਿੰਦਾ ਤੇਰੀ ਕਹਿੰਦਾ ਕਿ ਕਿਹੜੀ ਕਿਹੜਾ ਵਰਦੀ ਫਾੜੀ ਗਈ ਹੈ, ਤੈਨੂੰ ਕਿਹੜਾ ਕਿਹੜਾ ਥੱਪੜ ਮਾਰੇ ਗਿਆ। ਮੈਂ ਕਿਹਾ ਸਰ ਮੇਰੀ ਅੱਗੇ ਪੱਗ ਤਾਂ ਨਹੀਂ ਲੱਥੀ ਹੈਗੀ, ਹੁਣ ਸਰ ਮੈਂ ਪੱਗ ਉਤਾਰ ਦਿੰਦਾ, ਤੁਸੀਂ ਮੇਰੀ ਵਰਦੀ ਫਾੜ ਦਿਓ, ਮੇਰੇ ਥੱਪੜ ਮਾਰ ਦਿਓ, ਹੋਰ ਕੀ ਹੈ ਮੇਰੇ। ਬਾਕੀ ਮੈਂ ਅੱਗੇ ਰਹਿ ਕੇ ਗਿਆ, ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਇੱਕ ਇੱਕ ਵਾਰੀ ਬਲਾਤਕਾਰ ਹੁੰਦਾ ਹੈਗਾ, ਪਰ ਜਿਹੜਾ ਅਦਾਲਤਾਂ ਵਿੱਚ ਜੇ ਕੀਤੇ ਹੈਗਾ ਉਹਨੂੰ ਤਾਂ 3-4 ਵਾਰੀ ਬਲਾਤਕਾਰ ਉਹ ਕੀਤਾ ਜਾਂਦਾ ਹੈਗਾ, ਉਸ ਔਰਤ ਨੂੰ ਵਾਰੀ ਵਾਰੀ ਜਿਹੜਾ ਹੈਗਾ ਉੱਥੇ ਜਿਹੜਾ ਪਰੇਸ਼ਾਨ ਕੀਤਾ ਜਾਂਦਾ। ਉਹੀ ਹਾਲਾਤ ਮੇਰੇ ਹੈਗਾ, ਜਦੋਂ ਜਿਹੜਾ ਮੇਰਾ ਵਾਪਰਿਆ ਉਹ ਤਾਂ ਚੱਲ ਵੱਖਰੀ ਗੱਲ ਹੈਗੀ ਹੈ, ਤੇ ਮੈਨੂੰ ਸੀਨੀਅਰ ਅਫਸਰ ਵੱਲੋਂ ਵੀ ਇਹ ਸ਼ਬਦ ਕਹਿ ਕੇ ਯਾਰ ਤੇਰੀ ਕਿਹੜੀ ਪੱਗ ਉਤਰੀ ਹੈ, ਤੇਰੀ ਕਿਹੜੀ ਜਿਹੜੀ ਦਸਤਾਰ ਲੱਤੀ ਹੈ, ਤੇ ਤੇਰੇ ਕਿਹੜੀ ਵਰਦੀ ਫਾੜੀ ਗਈ ਹੈ, ਇਹ ਸ਼ਬਦ ਮੈਨੂੰ ਕਹਿ ਗਿਆ, ਮੈਨੂੰ ਪ੍ਰੈਸ ਲੈਨ ਕੀਤਾ ਗਿਆ ਹੈਗਾ, ਬਹੁਤ ਜ਼ਿਆਦਾ ਪ੍ਰੈਸ ਲੈਨ ਕੀਤਾ ਗਿਆ। ਤੁਹਾਡੇ ਜਿਹੜੇ ਜਿਸ ਅਧਿਕਾਰੀ ਵੱਲੋਂ ਕਿਹਾ ਕਿ ਉਹ ਆਪ ਪਗੜੀਧਾਰੀ ਹੈ, ਆਪ ਦਸਤਾਰਧਾਰੀ ਹੈਗਾ ਕਿ ਨਹੀਂ? ਨਹੀਂ ਦਸਤਾਰ ਤਾਂ ਮੰਨਦਾ, ਪਰ ਜਿਹੜਾ ਹੈਗਾ ਦਸਤਾਰ ਤਾਂ ਬੰਨਦਾ ਪਰ ਉਹਨੇ ਵੈਸੇ ਸਿੱਖ ਨਹੀਂ ਹੈ। ਕਮਾਲ ਹੈ ਵੀ ਇਹ ਲੋਕ ਪੰਜਾਬ ਦੇ ਵਿੱਚ ਰਹਿ ਕੇ ਵੀ ਸਾਡੇ ਦਸਤਾਰ ਦੇ ਉੱਤੇ ਕਿਹੋ ਜਿਹੀ ਗੱਲ ਕਰਦੇ ਹੈ। ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਚਲੋ ਜੋ ਮੇਰੇ ਨਾਲ ਬੀਤੀ ਉਹ ਤਾਂ ਚਲੋ ਬੀਤੀ ਹੈ। ਇੱਕ ਤਾਂ ਮੈਂ ਜਿਹੜਾ ਹੈਗਾ ਉਸ ਜਿਹੜੇ ਹੈਗੇ ਆ ਕਿਵੇਂ ਕੱਲ ਜਿਹੜੀ ਵਿਅਕਤੀ ਹੈ ਉਹਨਾਂ ਨਾਲ ਮੈਂ ਲੜ ਰਿਹਾ, ਇੱਕ ਮੈਂ ਆਪਣੇ ਪ੍ਰਸ਼ਾਸਨ ਨਾਲ ਵੀ ਲੜ ਰਿਹਾ ਹੈਗਾ, ਮੈਂ ਤਾਂ ਕਾਫੀ ਪਰੇਸ਼ਾਨ ਚੱਲ ਰਿਹਾ ਹੈਗਾ। ਮੈਂ ਜਦੋਂ ਮੇਰੀ ਰਾਤ ਮੈਂ ਸੁੱਤਾ ਹੁੰਦਾ ਮੇਰੀ ਜਾਗ ਖੁੱਲ ਜਾਂਦੀ, ਮੈਨੂੰ 3-3 ਘੰਟੇ ਨੀਂਦ ਨਹੀਂ ਆਉਂਦੀ, ਜਦੋਂ ਦਿਨੇ ਮੈਂ ਕੋਈ ਕੰਮ ਕਰਨਾ ਹੁੰਦਾ ਮੈਂ ਜਾਣਾ ਕਿਸੇ ਪਾਸੇ ਹੋਰ ਹੁੰਦਾ ਮੈਂ ਚਲਾ ਕਿਤੇ ਹੋਰ ਵਿੱਚ ਪਾਸੇ ਚਲਾ ਜਾਂਦਾ, ਮੈਂ ਬਹੁਤ ਜ਼ਿਆਦਾ ਪਰੇਸ਼ਾਨ ਚੱਲ ਰਿਹਾ ਹੈਗਾ। ਵੀ ਤੁਹਾਨੂੰ ਪਰੇਸ਼ਾਨ ਵੀ ਕੀਤਾ ਜਾ ਰਿਹਾ ਤੁਹਾਡੇ ਹੀ ਅਧਿਕਾਰੀਆਂ ਵੱਲੋਂ ਤੇ ਨਾਲ ਹੀ ਜਿਹੜੇ ਕਿ ਸ਼ਹਿ ਪ੍ਰਾਪਤ ਨੇ ਰਾਜਨੀਤੀ ਤੋਂ, ਤੁਹਾਨੂੰ ਇਹ ਲੱਗਦਾ ਵੀ ਜਿਹੜੀ ਮੌਜੂਦਾ ਸਰਕਾਰ ਹੈ ਸਰਪੰਚ ਦੀ ਉੱਥੇ ਬਹੁਤ ਜ਼ਿਆਦਾ ਪੈਂਟ ਹੈ, ਜਾਂ ਉਹਦੇ ਕੋਲ ਕੋਈ ਘੁੰਡੀਆਂ ਨੇ ਤੁਹਾਡੇ ਪ੍ਰਸ਼ਾਸਨ ਦੀਆਂ ਕੋਈ ਖਾਸ, ਜਾਂ ਕਮਜ਼ੋਰੀਆਂ ਹੁਣ? ਵੀਰ ਜੀ ਉਹ ਤਾਂ ਮੈਂ ਪਹਿਲੇ ਹੀ ਗੱਲ ਕਹਿ ਚੁੱਕਾ ਹੈਗਾ ਵੀ ਇੱਥੇ ਜਿਹੜੇ ਹੈਗੇ ਨਾ ਕਈ ਖੱਡੇ ਚੱਲਦੇ ਹਨ, ਉਹਨਾਂ ਵਿੱਚ ਕਈ ਵਾਰੀ ਹੈਗਾ ਕਿ ਕਈ ਸੀਨੀਅਰ ਅਫੀਸਰ ਜਿਹੜਾ ਪੈਸੇ ਲੈਂਦੇ ਹੈਗੇ ਆ ਉਹ ਇਹਨਾਂ ਕੋਲ ਜਿਹੜੀ ਉਹਨਾਂ ਦੀ ਨਬਜ਼ ਹੈਗੀ ਹੈ, ਜਿਸ ਕਰਕੇ ਜਿਹੜੇ ਜਿਹੜੇ ਸਾਡੇ ਅਫੀਸਰ ਉਹ ਇਹਨਾਂ ਅੱਗੇ ਝੁੱਕ ਜਾਂਦੇ ਹਨ। ਕਈ ਵਾਰੀ ਇਹ ਜਿਹੜੇ ਹੈਗੇ ਆ ਕ੍ਰਿਮੀਨਲ ਹੈਗੇ ਆ ਇਹ ਧਮਕੀ ਦਿੰਦੇ ਹੈਗੇ ਆ ਵੀ ਅਸੀਂ ਧਰਨਾ ਲਾ ਦਿਆਂਗੇ, ਜਿਸ ਕਰਕੇ ਜਿਹੜੇ ਸਾਡੇ ਅਫੀਸਰ ਝੁੱਕ ਜਾਂਦੇ ਆ। ਤੇ ਜਦੋਂ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਹਰਜੀਤ ਸਿੰਘ ਨਾਲ ਉਹਦਾ ਗੁੱਟ ਵੱਢਿਆ ਜਾਂਦਾ ਹੈ, ਘਟਨਾ ਵਾਪਰਦੀ ਹੈ, ਸੀਐਮ ਸਾਹਿਬ ਸਪੈਸ਼ਲ ਗੱਲ ਕਰਦੇ ਆ ਆਪਣੇ ਅਧਿਕਾਰੀ ਦੇ ਨਾਲ, ਤੇ ਹੁਣ ਸੀਐਮ ਸਾਹਿਬ ਕਿੱਥੇ ਹੈ ਜੀ? ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਇੱਕ ਅਧਿਕਾਰੀ ਦੀ ਦਸਤਾਰ ਦੇ ਸੰਬੰਧ ਵਿੱਚ ਗਲਤ ਟਿੱਪਣੀ ਕੀਤੀ ਜਾਂਦੀ ਹੈ, ਤੇ ਜਿਹੜੇ ਉਹ ਲੋਕ ਪਹਿਲੇ ਕਹਿੰਦੇ ਸਾਰੇ ਅਧਿਕਾਰੀਆਂ ਨੇ ਇੱਥੇ ਇੱਕ ਫਿੱਟੀ ਲਾ ਕੇ ਕਿਹਾ ਸੀ ਮੈਂ ਵੀ ਹਰਜੀਤ ਸਿੰਘ ਹਾਂ, ਕਿ ਹੁਣ ਉਸ ਸਮੇਂ ਦੀ ਵੇਟ ਕੀਤੀ ਜਾਊਗੀ ਕਿ ਇੱਕ ਜਗਦੀਪ ਸਿੰਘ ਦੇ ਗੁੱਟ ਵੱਢਿਆ ਜਾਊਗਾ, ਜਾਂ ਫਿਰ ਇਹ ਉਸ ਦਾ ਇਹ ਦੋਨੋਂ ਹੱਥ ਕੱਟਣ ਦੀ ਕੋਸ਼ਿਸ਼ ਤਾਂ ਨਹੀਂ ਵੀ ਉਸਨੂੰ ਇੰਨਾ ਕੁ ਪਰੇਸ਼ਾਨ ਕਰ ਦਿੱਤਾ ਜਾਵੇ ਕਿ ਇਹ ਆਪਣਾ ਨੌਕਰੀ ਛੱਡ ਕੇ ਚਲਾ ਜਾਵੇ? ਹਾਂਜੀ ਤੁਸੀਂ ਕੁਛ ਹੋਰ ਕਹਿਣਾ ਚਾਹੁੰਦੇ ਹੋ? ਵੀਰ ਜੀ ਮੈਂ ਇਹ ਵੀ ਕਹਿਣਾ ਦੱਸਣਾ ਚਾਹੁੰਦਾ ਸੀ, ਸ਼ਨੀਵਾਰ ਦੇ ਰਾਤ ਜਿਹੜਾ ਨਾ ਸਾਡੇ ਤੇ ਕਰੀਬ ਜਿਹੜਾ ਹੈਗਾ 7-10 ਜਿਹੜੇ ਬੈਲ ਵੱਜੀ ਹੈਗੀ, ਬੈਲ ਵੱਜੀ ਤਾਂ ਜਿਹੜਾ ਅਚਨਚੇਤ ਬੇਟੇ ਰੋਟੀ ਖਾ ਰਹੇ ਸੀ, ਮੈਂ ਕੋਲ ਬੈਠਾ ਸੀ, ਮੈਂ ਗੇਟ ਦਾ ਖੋਲਣ ਵਾਸਤੇ ਚਲਾ ਗਿਆ, ਥੱਲੇ ਸਾਡੇ ਐਂਗਲ ਲੱਗੇ, ਮੈਂ ਸਾਹਮਣੇ ਦੇਖਿਆ ਤਾਂ ਥੱਲੇ ਕੋਈ ਵੀ ਨਹੀਂ ਸੀ ਉੱਥੇ, ਜਦੋਂ ਕੋਈ ਨਹੀਂ ਸੀ ਤੇ ਮੈਂ ਫਿਰ ਜਿਹੜਾ ਲੌਕ ਲੱਗਿਆ ਸੀ ਮੈਂ ਖੋਲ ਕੇ ਸਾਹਮਣੇ ਝਾਤੀ ਮਾਰੀ ਤਾਂ ਕੋਈ ਵੀ ਨਹੀਂ ਸੀ, ਪਿੱਛੇ ਮੇਰਾ ਬੇਟਾ ਰੋਟੀ ਖਾਂਦਾ ਸੀ ਉਹ ਵੀ ਬਾਹਰ ਆ ਗਿਆ, ਉਹਨੇ ਸਾਡੇ ਇੱਕ ਸਾਈਡ ਖਾਲੀ ਹੈਗੀ ਉਹਨੇ ਝਾਕ ਕੇ ਦੇਖਿਆ ਤੇ ਇੱਕ ਜਿਹੜਾ ਵਿਅਕਤੀ ਹੈ ਨਾ ਚੜ ਰਿਹਾ ਸੀ ਉੱਪਰ ਚੜ ਰਿਹਾ ਸੀ, ਬੇਟੇ ਨੇ ਜਿਹੜਾ ਰੋਲਾ ਪਾਇਆ ਅਸੀਂ ਵੀ ਰੋਲਾ ਪਾਇਆ, ਤਾਂ ਉਹ ਜਿਹੜਾ ਹੈਗਾ ਗੇਟ ਦੇ ਕੋਲ ਸੀ ਨਾ, ਗੇਟ ਦੇ ਕੋਲ ਇੱਕ ਮੋਟਰਸਾਈਕਲ ਖੜਾ ਹੋਇਆ ਸੀ, ਉਹ ਰੋਲਾ ਪਾਉਣ ਤੇ ਜਿਹੜਾ ਉਹ ਫਿਰ ਭੱਜ ਗਏ ਹੈਗੇ, ਵੀ ਇਹ ਕਿ ਸਾਨੂੰ ਮੈਨੂੰ ਦਬਾਉਣ ਦੀ ਖਾਤਰ ਮੇਰੇ ਤੇ ਹਮਲਾ ਕਰਨ ਦੀ ਵੀ ਦੁਬਾਰਾ ਕੋਸ਼ਿਸ਼ ਕੀਤੀ ਗਈ। ਤੁਸੀਂ ਇਹ ਵੀ ਕਹਿ ਸਕਦੇ ਹੋ ਤੁਹਾਡੀ ਜਾਨ ਨੂੰ ਖਤਰਾ ਹੈ?
ਹਾਂਜੀ ਮੈਨੂੰ ਜਾਣ ਨੂੰ ਖਤਰਾ। ਮੈਂ ਰਾਤ ਜਦੋਂ ਫੋਨ ਕੀਤਾ ਐਸ ਐਸ ਸਾਹਿਬ ਨੂੰ, ਐਸ ਐਸ ਨੂੰ ਫੋਨ ਕੀਤਾ, ਉਹ ਕਹਿੰਦਾ ਤੂੰ ਇੰਜ ਕਰ ਵੀ ਇੱਕ ਨਾ ਮੁੱਛੀ ਨਾਲ ਗੱਲ ਕਰ ਲਾ ਕਹਿੰਦਾ। ਮੈਂ ਕਿਹਾ ਸਰ ਮੈਂ ਚਲੋ ਠੀਕ ਹੈ, ਮੈਨੂੰ ਮੈਂ ਮੁੱਛੀ ਨਾਲ ਗੱਲ ਕਰਾਂ। ਮੈਂ ਸਰ ਮੈਂ ਤੁਹਾਨੂੰ ਭੇਜੋ, ਮੈਂ ਇਸ ਵਾਸਤੇ ਨੀ ਕਹਿੰਦਾ ਕਿ ਤੁਸੀਂ ਪੁਲਿਸ ਨੂੰ ਭੇਜੋ ਜਾਂ ਮੇਰਾ ਸਾਹਿਬ ਆ ਕੇ, ਮੈਂ ਤਾਂ ਇਸ ਲਈ ਕਹਿ ਰਿਹਾ ਹੈਗਾ ਵੀ ਤੁਸੀਂ ਆ ਕੇ ਮੌਕਾ ਦੇਖ ਲਓ। ਸਵੇਰੇ ਇਹ ਨਾ ਕਹੋ ਕਿ ਜਿਹੜਾ ਜਗਦੀਸ਼ ਹੈ ਉਹ ਝੂਠ ਬੋਲਦਾ ਹੈਗਾ, ਫਿਰ ਵੀ ਉਹ ਜਿਹੜਾ ਐਸ ਐਚ ਓ ਉੱਥੇ ਮੌਕੇ ਤੇ ਨਹੀਂ ਆਇਆ ਗਾ। ਰਾਤ ਦੇ ਹੋਰ ਕਰਮ ਚ ਤੁਸੀਂ ਉਹਦਾ ਨਾਮ ਦੱਸ ਸਕਦੇ ਹੋ ਕਿ ਨਹੀਂ ਜੀ? ਸਰ ਮੈਂ ਐਸ ਐਚ ਓ ਕਹਿ ਰਹੀ ਰਹੇ ਆ, ਐਸ ਐਚ ਓ ਕਹਿ ਰਹੇ ਉਹ ਕਿੱਥੇ ਤੈਨਾਤ ਇਸ ਸਮੇਂ ਪੋ ਜਿਹੜੇ ਐਸ ਐਚ ਓ ਸਾਹਿਬ ਇੱਥੇ ਇੱਥੇ ਸਿਟੀ ਜਲਾਲਾਬਾਦ ਦੀ ਮੁੱਖ ਅਫਸਰ ਲੱਗੇ ਹੋਏ ਆ। ਅੱਛਾ ਜੀ, ਤੇ ਇੱਕ ਤੁਸੀਂ ਜੇ ਤੁਹਾਡੇ ਨਾਲ ਇੰਨੀ ਘਟਨਾ ਵਾਪਰਦੀ ਹੈਗੀ ਆ, ਤੁਹਾਨੂੰ ਜਾਨ ਦੀ ਤੁਹਾਡੀ ਨੂੰ ਖਤਰਾ, ਵਰਦੀ ਦਸਤਾਰ ਨੂੰ ਤੁਹਾਡੇ ਖਤਰਾ, ਨੌਕਰੀ ਤੁਹਾਡੇ ਖਤਰਾ, ਇਹ ਇੰਨੇ ਖਤਰੇ ਹੋਣ ਦੇ ਬਾਵਜੂਦ ਤੁਸੀਂ ਕਦੇ ਆਪਣੇ ਜਿਹੜੇ ਸੀਨੀਅਰ ਅਧਿਕਾਰੀ ਹੋਰ ਡੀ ਆਈ ਜੀ ਸਾਹਿਬ ਜਾਂ ਸੀ ਐਮ ਸਾਹਿਬ ਨੂੰ ਕੋਈ ਲੈਟਰ ਵਗੈਰਾ ਲਿਖਿਆ? ਮੈਂ ਇੰਟਰਵਿਊ ਦਿੱਤੀ ਸੀ, ਗੱਲ ਪਹਿਚਾਨਣ ਰਾਹੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਅੱਛਾ ਜੀ, ਜਾਂ ਤੁਸੀਂ ਕਿਸੇ ਰਾਜਨੀਤਿਕ ਲੀਡਰ ਦੇ ਨਾਲ ਜਾਂ ਸਿਮਰਜੀਤ ਸਿੰਘ ਬੈਂਸ, ਭਗਵੰਤ ਮਾਨ, ਸੁਖਪਾਲ ਖਹਿਰਾ ਆਦਿ, ਨਵਜੋਤ ਸਿੱਧੂ, ਇਹ ਕਾਫੀ ਸਰਗਰਮ ਨੇ ਤੁਹਾਡੇ ਏਰੀਏ ਦੇ ਵਿੱਚ, ਮੇਰਾ ਖਿਆਲ ਮਨਪ੍ਰੀਤ ਸਿੰਘ ਦਾ ਵੀ ਕਾਫੀ ਜ਼ੋਰ ਹੈ, ਉਹਨਾਂ ਦੇ ਨਾਲ ਤੁਸੀਂ ਕੋਈ ਗੱਲਬਾਤ, ਕਿਸੇ ਨਾਲ ਵੀ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ, ਇੱਕ ਦੋ ਜਿਹੜੇ ਹੈਗੇ ਆ ਰਾਜਨੀਤਿਕ ਨਾਲ ਗੱਲ ਹੋਈ ਸੀ, ਉਹਨਾਂ ਨੂੰ ਗੱਲ ਪਹੁੰਚਾਈ ਸੀ, ਉਹਨਾਂ ਨੇ ਉਹ ਗੱਲ ਜਿਹੜੀ ਹੈਗੀ ਆ ਉਹ ਸੀਨੀਅਰ ਅਫਸਰਾਂ ਨੂੰ ਕੀਤੀ ਵੀ ਸੀ, ਫੋਨ ਵੀ ਕੀਤਾ ਸੀ। ਤੇ ਫਰਕ ਕੋਈ ਨਹੀਂ ਜੀ, ਫਰਕ ਤਾਂ ਹੁਣ ਅਜੇ ਤੱਕ ਤਾਂ ਕੋਈ ਦੋਸ਼ੀ ਨੂੰ ਕਿਸੇ ਨੂੰ ਫੜਿਆ ਨਹੀਂ ਗਿਆ। ਮੈਂ ਉਹ ਪਹਿਲਾਂ ਵੀ ਕਹਿ ਚੁੱਕਾ ਸੀ, ਦੋ ਹੋਮ ਗਾਰਡ ਦੇ ਜਿਹੜੇ ਨੌਜਵਾਨ ਜਿਹਦੀ ਇੱਕ ਦੇ ਸਿਰ ਪਾੜ ਦਿੱਤਾ ਗਿਆ, ਇੱਕ ਦੀ ਬਾਂਹ ਕੱਟ ਤੋੜ ਦਿੱਤੀ ਗਈ ਹੈ, ਉਹ ਮੁਕਦਮਾ ਵੀ ਰਜਿਸਟਰ ਹੋਇਆ। ਉਹਦੇ ਦੋ ਮੇਰੇ ਵੀ ਜਿਹੜੇ ਮੁਕਦਮੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਤਾਂ ਉਸ ਜਿਹੜੇ ਮੁਕਦਮੇ ਦੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ। ਮੈਂ ਇੱਥੇ ਹੋਰ ਵੀ ਕਹਿਣਾ ਚਾਹੁੰਦਾ ਹੈਗਾ, ਅੱਜ ਇੱਕ ਸਾਡੇ ਹੋਰ ਇੱਕ ਹੋਰ ਘਟਨਾ ਵਾਪਰੀ ਹੈਗੀ ਹੈ, ਉਹ ਵੀ ਇੱਕ ਫੌਜਾ ਸੀ, ਇੱਕ ਪੁਲਿਸ ਹੌਲਦਾਰ ਸੀ, ਉਹ ਰਾਤ ਨੂੰ ਆ ਰਿਹਾ ਸੀ, ਉਹਦੇ 'ਤੇ ਜਿਹੜਾ 6-7 ਵਿਅਕਤੀਆਂ ਨੇ ਉਹਦੇ 'ਤੇ ਹਮਲਾ ਕਰ ਦਿੱਤਾ ਗਿਆ। ਉਹਦੇ 'ਤੇ ਕਾਫੀ ਉਹਦੇ ਨਾਲ ਜਿਹੜਾ ਹੈਗੇ ਮਾਰਕੁੱਟ ਕੀਤੀ ਗਈ, ਉਹਦੇ 'ਤੇ ਜਿਹੜਾ ਇੱਕ ਸਾਈਡ ਹੁੰਦਾ ਬਾਂਹ ਸੁੱਜ ਗਈ, ਉਹਦਾ ਇੱਕ ਸਾਈਡ ਸੁੱਜ ਗਈ ਹੈਗੀ ਹੈ, ਅਤੇ ਉਹਦੇ ਨਾਲ ਉਹਦੇ ਜਿਹੜੀ ਕਾਰ ਖੋਣ ਦੀ ਜਿਹੜੀ ਹੈ ਘਟਨਾ ਵੀ ਵਾਪਰੀ, ਕਾਰ ਖੋਣ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਲਗਾਤਾਰ ਹਫ਼ਤੇ 'ਚ 4-5 ਘਟਨਾਵਾਂ ਹੋ ਗਈਆਂ ਹਨ, ਪੁਲਿਸ 'ਤੇ ਬਹੁਤ ਜ਼ਿਆਦਾ ਹੀ ਬੇਇੱਜ਼ਤ ਪੁਲਿਸ ਨੂੰ ਕੀਤਾ ਜਾ ਰਿਹਾ ਹੈਗਾ। ਤੁਸੀਂ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ? ਜਲਾਲਾਬਾਦ ਤੋਂ ਕਿਸੇ ਸਮੇਂ ਇੱਥੋਂ ਦੇ ਜਿਹੜੇ ਸੀਐਮ ਡਿਪਟੀ ਸੀਐਮ ਵੀ ਇੱਥੋਂ ਹੀ ਜਿੱਤਦੇ ਆਉਂਦੇ ਆਏ ਆ, ਅਤੇ ਹੁਣ ਵੀ ਜਿਹੜਾ ਜ਼ੋਰ ਤਾਂ ਤੁਹਾਡੀ ਇੱਥੋਂ ਦੀ ਜਿਹੜੀ ਸਰਕਾਰ ਦਾ ਹੀ ਹੈ, ਤੁਸੀਂ ਲੱਗਦਾ ਵੀ ਇਹਨਾਂ ਦੀ ਆਪਸੀ ਬੜੀ ਤਕੜੀ ਮਿਲੀ ਭੁਗਤ ਹੈ, ਵੀ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਦਾ ਸਰਕਾਰ 'ਤੇ ਪੂਰੀ ਜ਼ਿਆਦਾ ਪ੍ਰੈਸ਼ਰ ਹੈ? ਮੈਂ ਕੁਝ ਵੀ ਨਹੀਂ ਰਾਜਨੀਤਿਕਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ, ਕੋਈ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ। ਵੈਸੇ ਕਮਾਲ ਹੈ ਜੀ, ਵੀ ਜੇ ਅੱਜ ਪੰਜਾਬ ਪੁਲਿਸ ਦੇ ਸੀਨੀਅਰ, ਤੁਸੀਂ ਸੀਨੀਅਰ ਅਧਿਕਾਰੀਆਂ 'ਚ ਆਉਂਦੇ ਹੋ, ਤੁਹਾਡੇ ਇੱਕ ਸਟਾਰ ਲੱਗਿਆ ਹੋਇਆ, ਤੁਸੀਂ ASI ਥਾਣੇਦਾਰ ਹੋ, ਅਤੇ ਜੇ ਤੁਹਾਡੀ ਅੱਜ ਇਹ ਹਾਲਤ ਹੈ, ਤਾਂ ਫਿਰ ਆਮ ਬੰਦੇ ਦੀ ਅਸੀਂ ਕੀ ਮੰਨ ਸਕਦੇ? ਆਮ ਬੰਦਾ ਕਿਵੇਂ ਸੁਰੱਖਿਅਤ ਰਹਿ ਸਕਦਾ? ਇਹ ਤਾਂ ਹੈ ਹੀ ਹੈ, ਅਤੇ ਬਹੁਤ ਜ਼ਿਆਦਾ ਜਿਹੜੇ ਵੀ ਮੈਨੂੰ ਮਿਲਦੇ ਹੈਗੇ ਆ, ਮੈਨੂੰ ਪੁੱਛਦੇ ਹੈਗੇ ਆ, ਮੈਨੂੰ ਕਹਿੰਦੇ ਕੀ ਹੋਇਆ, ਮੈਂ ਕਿਹਾ ਇਹ ਹੋ ਰਿਹਾ ਇਹ ਹੋ ਰਿਹਾ, ਕਹਿੰਦਾ ਕਮਾਲ ਹੋ ਗਈ ਯਾਰ, ਕਹਿੰਦਾ ਪੁਲਿਸ ਵਾਲਿਆਂ ਦਾ ਸਾਥ ਨਹੀਂ ਦੇ ਰਹੇ ਹੈਗੇ, ਕੋਈ ਤੇਰੇ ਕੋਈ ਕਾਰਵਾਈ ਨਹੀਂ ਹੋ ਰਹੀ ਅਤੇ ਸੁਣਵਾਈ ਨਹੀਂ ਹੋ ਰਹੀ, ਅਤੇ ਸਾਡਾ ਕੀ ਬਣੂਗਾ, ਸਾਡਾ ਤਾਂ ਇਹ ਬਹੁਤ ਬੁਰਾ ਹਾਲ ਹੋ ਜੂਗਾ। ਇਹ ਮੈਨੂੰ ਜਿਹੜੇ ਇੱਥੋਂ ਦੇ ਜਿਹੜੇ ਹੈਗੇ ਆ ਵਿਅਕਤੀ ਉਹ ਕਹਿ ਰਹੇ ਹੈਗੇ ਆ, ਇੱਥੋਂ ਦੇ ਜਿਹੜੇ ਵਾਸੀ ਕਹਿ ਰਹੇ ਹੈਗੇ ਆ। ਜੀ, ਪੰਜਾਬੀ ਲੋਕ ਚੈਨਲ ਦੇ ਰਾਹੀਂ ਅਸੀਂ ਅਪੀਲ ਕਰਦੇ ਹਾਂ ਪੰਜਾਬ ਦੇ ਸੀਐਮ ਸਾਹਿਬ, DIG ਦੇ ਸੀਨੀਅਰ ਅਧਿਕਾਰੀਆਂ ਨੂੰ ਕਿ ਇਹ ਬਹੁਤ ਵੱਡੀ ਲੋੜ ਹੈ। ਅੱਜ ਜਦੋਂ ਅਸੀਂ ਪਰਮਜੀਤ ਸਿੰਘ ਦੀ ਫੱਟੀ ਲਾ ਕੇ ਕਹਿੰਦੇ ਸੀ, ਮੈਂ ਵੀ ਪਰਮਜੀਤ ਸਿੰਘ ਹਾਂ, ਕਿ ਅਸੀਂ ਹੁਣ ਵੇਟ ਕਿਹੜੀ ਚੀਜ਼ ਦੀ ਕਰ ਰਹੇ ਹਾਂ, ਸਾਨੂੰ ਵੱਡੀ ਲੋੜ ਹੈ ਕਿ ਸਾਨੂੰ ਐਸੇ ਜਿਹੜੇ ਸਿੱਖ ਵੀਰ ਨੇ ਦਸਤਾਰ ਦੀ, ਜਿਹਨਾਂ ਦੀ ਕਦਰ ਹੋਣੀ ਚਾਹੀਦੀ ਹੈ, ਅਸੀਂ ਕਿ ਇਹਨਾਂ ਦੇ ਨਾਲ ਖੜਨਾ ਚਾਹੀਦਾ ਅਤੇ ਇਹਨਾਂ ਦੀ ਪੂਰੀ ਸੁਣਵਾਈ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਅਸੀਂ ਵੇਟ ਕਰਦੇ ਰਹੀਏ ਵੀ ਇਹਨਾਂ ਦਾ ਵੀ ਹੱਥ ਕੱਟਿਆ ਜਾਵੇ, ਇਹਨਾਂ 'ਤੇ ਵੀ ਕੋਈ ਹਮਲਾ ਹੋਵੇ, ਅਤੇ ਫਿਰ ਅਸੀਂ ਫੋਟੋਆਂ ਖਿਚਾਉਣ ਦੇ ਵਾਸਤੇ ਜਾਂ ਪਬਲਿਸਿਟੀ ਸਟੰਟ ਲੈਣ ਦੇ ਵਾਸਤੇ ਅਸੀਂ ਦੂਜੇ ਤਰ੍ਹਾਂ ਦੇ ਹੱਥ ਕੰਡੇ ਅਪਣਾਈਏ। ਪੰਜਾਬੀ ਲੋਕ ਚੈਨਲ ਦੇ ਨਾਲ ਤੁਹਾਡੇ ਗੱਲ ਕੀਤੀ ਜਗਦੀਸ਼ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ, ਧੰਨਵਾਦ ਤੁਹਾਡਾ ਜੀ।